ਕਮ ਦੋਸਤੋ ਤੁਸੀਂ ਦੇਖ ਰਹੇ ਹੋ ਅਨਮੋਲ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਫੈਸਲ ਜੋਇਆ ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰੋ ਪ੍ਰੈਸ ਤਾਂ ਕਿ ਸਾਡੀ ਲੇਟੈਸਟ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਸਾਡੇ ਵੀਰਾਂ ਤੱਕ ਬਾਸਾਨੀ ਪਹੁੰਚ ਸਕੇ ਦੋਸਤੋ ਅੱਜ ਸਿਰਮੋਲ ਚੈਨਲ ਤੇ ਆਪਣੇ ਵੀਰਾਂ ਲਈ ਦੋ گاਵਾਂ ਦੀ ਵੀਡੀਓ ਲੈ ਕੇ ਆਇਆ ਜਰਸੀ ਤੇ ਫਰੀਜ਼ਨ ਦਾ ਖਰਾਸ ਨੇ ਦੋਨੇ ਹੀ ਬਿਲਕੁਲ ਤਾਜ਼ਾ ਸੂਈਆਂ ਹੋਈਆਂ ਨੇ 15 ਤੋਂ 16 16 ਲੀਟਰ ਦੁੱਧ ਦੋਨਾਂ ਦੇ ਕੋਲੇ ਰੇਟ ਇਨਸ਼ਾਅੱਲਾ ਮਨਾਸਬ ਹੋਣਗੇ ਜਿਹੜੇ ਭਰਾ ਮੇਰੇ ਵਰਗੇ ਮਾੜੇ ਵੀਰ ਨੇ ਉਹਨਾਂ ਵਾਸਤੇ ਜਾਨਵਰ ਲੈ ਕੇ ਆਏ ਆ ਰੇਟ ਇਨਸ਼ਾਅੱਲਾ ਮਨਾਸਬ ਜਾਨਵਰ ਅੱਛੇ ਦੁੱਧ ਚੰਗਾ ਜਾਨਵਰਾਂ ਦੇ ਕੋਲੇ ਖੂਬਸੂਰਤ ਵੀ ਨੇ ਕੈਮਰਾਮੈਨ ਸਾਹਿਬ ਦੋਨੇ ਜਾਨਵਰ ਜਰਾ ਤਸੱਲੀ ਦੇ ਨਾਲ ਦਿਖਾਣੇ ਨੇ ਗਾ ਨੰਬਰ 1 ਕੀ ਜੜੀ ਕੈਮਰੇ ਦੀ ਨਜ਼ਰ ਹੈ ਸਿਰ ਤੋਂ ਕੋਹਣੀ ਦੂਸਰਾ ਸੁਵਾ ਸੁਈਏ ਜਰਸੀ ਤੇ ਫਰੀਜ਼ਨ ਦਾ ਕਰਾਸ ਰੁਗ ਰੁਗ ਦਾ ਥਣ ਲੱਗਿਆ ਵੈਡ ਨੂੰ ਬੜਾ ਲਾਜਵਾਬ 15 ਤੋਂ 16 ਲੀਟਰ ਦੁੱਧ ਵੈਡ ਦੇ ਕੋਲੇ ਮਗਰ ਜਨਾਬ ਲਾਲ ਗੋਰਾ ਬੱਛਾ ਹੈਗਾ ਦੂਸਰਾ ਸੁਆ ਇਹ ਬੈੜ ਸੁਈਏ ਬਿਲਕੁਲ ਤਾਜ਼ਾ ਸੁਈਏ ਇਹ ਸਿਰ ਤੋਂ ਕੋਨੀ ਹੈ ਰੇਟ ਇਨਸ਼ਾਅੱਲਾ ਮਨਾਸਬ ਹੋਣਗੇ ਜਾਨਵਰ ਅੱਛੇ ਨੇ ਦੁੱਧ ਚੰਗਾ ਦੋਨਾਂ گاਵਾਂ ਦੇ ਕੋਲੇ ਹੀ ਆ ਜਨਾਬ ਪਿੱਛੇ ਬੱਛਾ ਹੈਗਾ ਕੈਮਰਾਮੈਨ ਸਾਹਿਬ ਜ਼ਰਾ ਛੇ ਤਰੀਕੇ ਨਾਲ ਜਾਨਵਰ ਦਿਖਾਈਓ ਤੁਸੀਂ ਭਾਈ ਜੂਰਾ ਆ ਜਾਓ ਮੇਰੇ ਨੇੜੇ ਇਹਨਾਂ ਦਾ ਹਸਾਬ ਕਿਤਾਬ ਦੱਸਿਓ ਨਾਲ-ਨਾਲ ਸਲਾਮ ਅਲੈਕਮ ਜੀ ਜੀ ਵਾਲੇ ਸਲਾਮ ਭਾਈ ਜੀ ਕੀ ਹਾਲ ਨੇ ਜੀ ਅਲਹਮਦੁਲਿਲਾ ਫੈਸਲ ਤਬੀਅਤ ਸੇ ਠੀਕ ਹੈ ਜੀ ਕਰਮ ਅੱਲਾ ਦਾ ਕੀ ਨਾਮ ਹੈ ਭਰਾ ਦਾ ਮੁਜ਼ਮਲ ਹੁਸੈਨ ਮੁਜ਼ਮਲ ਹੁਸੈਨ ਭਾਈ ਮੁਜ਼ਮਲ ਜਿਹੜੀ ਵੈਡ ਨੰਬਰ 1 ਕੈਮਰਾਮੈਨ ਦਿਖਾ ਰਿਹਾ ਕਿੰਨਵਾ ਸੁਬਾ ਸੁਈ ਹੈ ਕਿਦੋਂ ਸੁਈ ਹੈ ਇਹ ਪਹਿਲਾ ਸੁਬਾ ਸੁਈ ਹੈ ਫੈਸਲ ਭਾਈ ਤੇ ਸੁਈ ਪਹਿਲਾ ਸੁਈ ਹੈ ਗਾਰੰਟੀ ਨਾਲ ਪਹਿਲਾ ਸੁਈ ਹੈ ਨਾਲੇ ਦੂਸਰਾ ਕਹਿ ਰਹੇ ਸੋ ਉਹ ਦੂਸਰਾ ਦੂਸਰੇ ਨੰਬਰ ਵਾਲੀ ਸੁਈ ਹੈ ਅੱਛਾ ਇਹ ਪਹਿਲਾ ਸੁਈ ਹੈ ਉਹ ਦੂਸਰਾ ਸੁਈ ਹੈ ਅੱਛਾ ਠੀਕ ਹੋ ਗਿਆ ਜਨਾਬੇ ਪਹਿਲਾ ਸੁਬਾ ਸੁਈ ਕਿਦੋਂ ਸੁਈ ਹੈ ਇਹ ਪਰਸੋ ਸੁਈ ਹੈ ਪਰਸੋ ਸੁਈ ਹੈ ਕਿੰਨਾ ਦੁੱਧ ਚਵਾ ਸਕਨੇ ਦੋ ਟਾਈਮ ਦਾ ਹਜ਼ਰ ਮੌਕੇ 16 ਲੀਟਰ ਦੀ ਗਾਰੰਟੀ ਹੋਵੇ ਦੀ 16 ਕਿਲੋ ਬੱਚੇ ਨੂੰ ਛੱਡ ਕੇ ਸਾਰਾ ਦੁੱਧ ਸਾਰਾ ਦੁੱਧ ਸਾਰਾ ਦੁੱਧ 16 ਕਿਲੋ ਬਿਲਕੁਲ ਗਲਤ ਬਿਆਨੀ ਨਹੀਂ ਕਰਨਾ ਚਾਹੁੰਦੇ ਆਪਾਂ ਠੀਕ ਹੋ ਗਿਆ ਜੀ ਕੈਮਰਾਮੈਨ ਸਾਹਿਬ ਜਿਹੜੀ ਗਾਂ ਨੰਬਰ 2 ਹੈ ਉਹ ਵੀ ਦਿਖਾਓ ਸੌਰੀ ਭਾਈ ਜੀ ਮਿਸਟੈਕ ਹੋ ਗਈ ਹੈ ਗਾਂ ਨੰਬਰ 1 ਕਿ ਜਿਹੜੀ ਉਹ ਪਹਿਲਾ ਸਵੇਰ ਸੂਈ ਹੈ ਜਿਹੜੀ ਕਿ ਕੈਮਰਾ ਦੀ ਨਜ਼ਰ ਹੈ ਇਸ ਗਾਂ ਕੋਲ 16 ਲੀਟਰ ਦੁੱਧ ਤਿੰਨ ਦਿਨ ਦੀ ਸੂਈ ਗਾਂ ਨੰਬਰ 2 ਕੈਮਰਾ ਦੀ ਨਜ਼ਰ ਹੈ ਜਨਾਬ ਇਹ ਵੇੜ ਦੂਸਰਾ ਸਵੇਰ ਸੂਈ ਹੈ ਮਾਸ਼ੱਲਾ ਸਿਆਕ ਆਲਾ ਥਣ ਲੱਗਿਆ ਵੇੜ ਨੂੰ ਥੱਬਿਆਂ ਦੇ ਹਵਾਨੇ ਇਹਦੇ ਪਿੱਛੇ ਵੀ ਜਨਾਬ ਬੱਚਾ ਹੈਗਾ ਇਹ ਬੈਡ ਵੀ ਸਿਰ ਤੋਂ ਕੋਨੀ ਹੈ ਭਾਈ ਮੁਜ਼ਮਲ ਜਿਹੜੀ ਬੈਡ ਨੰਬਰ 2 ਕੈਮਰਾ ਦੇ ਨਜ਼ਰ ਕਿਲਵਾ ਸੁਆ ਸੁਈ ਕਿਦੋਂ ਸੁਈ ਹੈ ਦੂਸਰਾ ਸੁਆ ਸੁਈ ਤਾਂ ਕੱਲ ਸੁਈ ਹੈ ਫੈਸਲ ਭਾਈ ਇਹਦੇ ਕੋਲ ਕਿੰਨਾ ਬਾਲ ਹੈ ਇਹਦੇ ਕੋਲ ਹਾਜ਼ਰ ਮੌਕੇ 17 ਲੀਟਰ ਦੁੱਧ ਹੈ ਹਾਜ਼ਰ ਮੌਕੇ 17 ਕਿਲੋ ਇਹਦੇ ਕੋਲੇ ਸਾਰਾ ਦੁੱਧ ਹੈ ਸਾਰਾ ਠੀਕ ਹੋ ਗਿਆ ਜੀ ਕਿੰਨੇ ਪੈਸੇ ਨੇ ਨਾ ਦੋ ਜਾਨਵਰਾਂ ਦੇ ਪਿਆਰ ਮੁਹੱਬਤ ਵਾਲੇ ਜਿਹੜੇ ਲੈਣੇ ਨੇ ਤਾਰੀਫ਼ ਦਾ ਮੁੱਲ ਨਹੀਂ ਪਾਣਾ ਅੱਛਾ ਜੀ 4.5 ਲੱਖ ਰੁਪਈਆ 4.5 ਲੱਖ ਰੁਪਈਆ ਇਹਨਾਂ ਦੋਨਾਂ ਦੀ ਡਿਮਾਂਡ ਹੈ ਏ 4.4 ਦੇ ਵਿੱਚੋਂ ਕੋਈ ਨਹੀਂ ਵੀ ਮੁਹੱਬਤ ਭਰਾ ਆਪਣੇ ਕੋਲ ਚੱਲ ਕੇ ਆਏ ਥੋੜੀ ਬਹੁਤੀ ਦੀਦ ਪਿਆਰ 5000 ਰੁਪਏ ਹੋਰ ਛੱਡ ਦੇਵਾਦੇ ਦੋਨਾਂ ਦੇ ਵਿੱਚੋਂ ਦੋਨਾਂ ਦੇ ਵਿੱਚੋਂ ਠੀਕ ਹੋ ਗਿਆ 445 ਦੀਆਂ ਯਾਨੀ ਕਿ ਫਾਈਨਲ ਦੇਣੀ ਹੈ ਫਾਈਨਲ ਦੇ ਦੇਵਾਦੇ ਠੀਕ ਹੋ ਗਿਆ ਜਨਾਬ ਇਹ ਜੀ ਇਹਦੇ ਪਿੱਛੇ ਬੱਛਾ ਹੈਗਾ ਗਾ ਨੰਬਰ 2 ਦੇ ਪਿੱਛੇ ਦੋਨੇ ਜਨਾਬ ਜਰਸੀ ਤੇ ਫਰੀਜ਼ਨ ਚ ਕਰਾਸ ਨੇ ਗਾ ਨੰਬਰ 1 ਜਿਹੜੀ ਪਹਿਲਾ ਸੁਹਾ ਸੁਈਏ ਗਾ ਨੰਬਰ 2 ਕੈਮਰੇ ਦੀ ਨਜ਼ਰ ਇਹ ਦੂਸਰਾ ਸੁਹਾ ਸੁਈਏ ਗਾ ਨੰਬਰ 2 ਦੇ ਕੋਲ ਜਨਾਬ 17 ਲੀਟਰ ਬੋਲਾ ਗਾ ਨੰਬਰ 1 ਦੇ ਕੋਲ ਜਨਾਬ 15 ਲੀਟਰ ਬੋਲਾ ਬਿਲਕੁਲ ਤਾਜ਼ਾ ਕੱਚੀਆਂ ਸੂਈਆਂ ਆਈਆਂ ਨੇ ਸਾਢੇ 4 ਲੱਖ ਰੁਪਿਆ ਡਿਮਾਂਡ ਕੀਤੀ ਏ 5000 ਰੁਪਿਆ ਭਾਈਆ ਰਾਣੇ ਛੱਡਿਆ 445 ਦੀਆਂ ਦੋਨੇ ਵੇੜਾ ਫਾਈਨਲ ਦੇਣੀਆਂ ਨੇ ਅਗਰ ਕਿਸੇ ਦੋਸਤ ਨੇ ਕਿਸੇ ਵੀਰ ਨੇ ਇਹ ਦੋਨੇ ਜਾਨਵਰ ਖਰੀਦਣੇ ਨੇ ਸਾਡਾ ਰਾਪਤਾ ਨੰਬਰ 0311 6515 132 0311 6515 132 ਐਸੇ ਨੰਬਰ ਤੇ ਹੀ ਵਟਸਐਪ ਬਣੀ ਹੈ ਦੋਸਤੋ ਅਗਰ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਹੈ ਜ਼ਿੰਦਗੀ ਰਹੀ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਫੈਸਲ ਜੋ ਯੰਦੁ ਅਜਾਜ਼ਤ الله حافظ